ਨੰਬਰ ਆਉਣਗੇ ਤਾਂ ਇਹ ਨਹੀਂ ਦੇਖਿਆ ਜਾਊਗਾ ਕਿ ਤੁਹਾਡੇ ਬਾਪੂ ਕੋਲ 50 ਲੱਖ ਹੈਗਾ ਜਾਂ ਨਾ, ਜਾਂ ਤੁਹਾਡਾ ਬਾਪੂ ਕਿਸੇ MLA ਜਾਂ ਮੰਤਰੀ ਨੂੰ ਜਾਣਦਾ ਨਾ। ਨੰਬਰ ਤੁਹਾਡੇ ਬੋਲਣਗੇ ਤਾਂ ਤੁਹਾਨੂੰ ਸਰਕਾਰ ਗੁੰਡਾ ਖੜਾ ਕੇ ਫੜਕਾ ਕੇ ਲੈ ਕੇ ਜਾਊਗੀ, ਆ ਜਾ ਵੀ ਤੈਨੂੰ ਨੌਕਰੀ ਮਿਲਣੀ ਆ, ਆ ਜਾ ਚੰਡੀਗੜ੍ਹ ਆ ਜਾ। ਔਰ ਮੈਰਿਟ 'ਤੇ ਨੌਕਰੀਆਂ ਮਿਲਣਗੀਆਂ, ਕੋਈ ਸਿਫਾਰਿਸ਼ ਨਹੀਂ, ਕੋਈ ਨਕਲ ਨਹੀਂ, ਕੋਈ ਪੇਪਰ ਲੀਕ ਨਹੀਂ। ਇਹ ਪੇਪਰ ਲੀਕ ਵੀ ਆਪ ਹੀ ਕਰਾਉਂਦੇ ਆ, ਆਪ ਹੀ ਵੇਚ ਦਿੰਦੇ ਪੇਪਰ। ਸੋ ਇਸ ਕਰਕੇ ਜਿਹੜੇ ਟੈਲੈਂਟਡ ਬੱਚੇ ਆ ਉਹਨਾਂ ਨੂੰ ਮੌਕਾ ਨਹੀਂ ਮਿਲਦਾ, ਫਿਰ ਉਹ ਦਿਲ ਛੱਡ ਜਾਂਦੇ ਨੇ ਯਾਰ, ਕੀ ਆ ਯਾਰ ਪੜ੍ਹਦੇ ਰਹੇ ਅੱਖਾਂ ਗਾਲਣੀਆਂ, ਫਲਾਨਿਆਂ ਦਾ ਮੁੰਡਾ ਉਹਨੂੰ ਨਕਲ ਕਰਾ ਕੇ, ਉਹਨੂੰ ਕੋਈ MLA ਜਾਣਦਾ ਸੀ ਉੱਥੇ ਨਕਲ ਕਰਾ ਕੇ ਉਹਦੇ ਵੱਧ ਨੰਬਰ ਆ। ਖਾਸ ਤੌਰ 'ਤੇ ਸ਼ਹੀਦਾਂ ਦੇ ਜੰਪਲ ਪਿੰਡ ਦੇ ਵਾਸੀ ਜਿਹੜੇ ਨੇ, ਤੁਸੀਂ ਮੈਨੂੰ ਮੰਗ ਪੱਤਰ ਨਾ ਦਿਆ ਕਰੋ। ਮੰਗ ਪੱਤਰ ਤਾਂ ਹੋ ਗਿਆ ਕਿ ਮੰਗਣ ਲੱਗ ਗਏ, ਤੁਸੀਂ ਉਹਨੂੰ ਮੰਗ ਪੱਤਰ ਦਾ ਨਾਮ ਬਦਲ ਕੇ ਹੱਕ ਪੱਤਰ ਕਰੋ। ਇਹ ਤੁਹਾਡਾ ਹੱਕ ਹੈ, ਇਹ ਤੁਹਾਡਾ ਹੱਕ ਬਣਦਾ, ਤੋ ਹੱਕ ਪੱਤਰ ਦਿਆ ਕਰੋ ਮੈਨੂੰ ਕਿ ਆਹ ਸਾਡਾ ਹੱਕ ਹੈ ਜੀ, ਆ ਲਓ ਆਹ ਸੜਕ ਬਣਾ ਦਿਓ ਜੀ। ਪਿਛਲੀ ਵਾਰ ਕਿਹਾ ਸੀ ਸੜਕ ਬਣ ਗਈ, ਸੁਵਿਧਾ ਕੇਂਦਰ ਚੱਲ ਪਿਆ, ਮਹੀਨੇ ਬਾਅਦ ਰੈਗੂਲਰ ਚੱਲ ਪੂਗਾ, ਇੱਕ ਟੈਂਡਰ ਰਹਿੰਦਾ ਉਹ ਹੋ ਕੇ ਉਹ ਚੱਲ ਪੂਗਾ। ਲਾਇਬ੍ਰੇਰੀ, ਬਹੁਤ ਸੋਹਣੀਆਂ ਲਾਇਬ੍ਰੇਰੀਆਂ ਬਣਾ ਰਹੇ ਅਸੀਂ। ਬਲੀਦਾਨ ਨੂੰ ਯਾਦ ਰੱਖਾਂਗੇ, ਇਕੱਲਾ 23 ਮਾਰਚ, 28 ਸਤੰਬਰ ਜਾਂ 16 ਨਵੰਬਰ ਨਾ ਦਿਨ ਰੱਖਿਆ ਕਰੋ, ਹਰ ਰੋਜ਼ ਹੀ ਆਪਣੇ ਦਿਲ 'ਚ ਰਹਿਣੇ ਚਾਹੀਦੇ ਸ਼ਹੀਦ ਸਾਡੇ। ਮੈਂ ਪ੍ਰਧਾਨ ਜੀ ਨੂੰ ਵੀ ਕਿਹਾ, ਮੈਂ ਕਿਹਾ ਤੁਸੀਂ ਖਾਸ ਤੌਰ 'ਤੇ ਸ਼ਹੀਦਾਂ ਦੇ ਜੰਪਲ ਪਿੰਡ ਦੇ ਵਾਸੀ ਜਿਹੜੇ ਨੇ, ਤੁਸੀਂ ਮੈਨੂੰ ਮੰਗ ਪੱਤਰ ਨਾ ਦਿਆ ਕਰੋ। ਮੰਗ ਪੱਤਰ ਤਾਂ ਹੋ ਗਿਆ ਕਿ ਮੰਗਣ ਲੱਗ ਗਏ, ਤੁਸੀਂ ਉਹਨੂੰ ਮੰਗ ਪੱਤਰ ਦਾ ਨਾਮ ਬਦਲ ਕੇ ਹੱਕ ਪੱਤਰ ਕਰੋ। ਇਹ ਤੁਹਾਡਾ ਹੱਕ ਹੈ, ਇਹ ਤੁਹਾਡਾ ਹੱਕ ਬਣਦਾ, ਤੋ ਹੱਕ ਪੱਤਰ ਦਿਆ ਕਰੋ ਮੈਨੂੰ ਕਿ ਆਹ ਸਾਡਾ ਹੱਕ ਹੈ ਜੀ, ਆ ਲਓ ਆਹ ਸੜਕ ਬਣਾ ਦਿਓ ਜੀ। ਪਿਛਲੀ ਵਾਰ ਕਿਹਾ ਸੀ ਸੜਕ ਬਣ ਗਈ, ਸੁਵਿਧਾ ਕੇਂਦਰ ਚੱਲ ਪਿਆ, ਮਹੀਨੇ ਬਾਅਦ ਰੈਗੂਲਰ ਚੱਲ ਪੂਗਾ, ਇੱਕ ਟੈਂਡਰ ਰਹਿੰਦਾ ਉਹ ਹੋ ਕੇ ਉਹ ਚੱਲ ਪੂਗਾ। ਲਾਇਬ੍ਰੇਰੀ, ਬਹੁਤ ਸੋਹਣੀਆਂ ਲਾਇਬ੍ਰੇਰੀਆਂ ਬਣਾ ਰਹੇ ਅਸੀਂ ਹਰੇਕ ਵਿਧਾਨ ਸਭਾ ਹਲਕੇ 6, ਉਹ AC ਲਾਇਬ੍ਰੇਰੀ ਹੈ, ਫ੍ਰੀ ਵਾਈਫਾਈ ਕਨੈਕਸ਼ਨ ਹੈ, ਬਹੁਤ ਵਧੀਆ ਫਰਨੀਚਰ ਹੈ, ਔਰ ਦੁਨੀਆ ਦੇ ਹਰ ਵਿਸ਼ੇ ਦੀ ਉੱਥੇ ਕਿਤਾਬ ਹੈ, ਪੜ੍ਹਾਈ ਵਾਲੀਆਂ ਕਿਤਾਬਾਂ ਵੀ ਨੇ, ਜੇ ਕਿਸੇ ਬੱਚੇ ਨੇ ਜਾ ਕੇ ਉੱਥੇ ਪੜ੍ਹਨਾ ਆਪਣੇ ਪੜ੍ਹਾਈ ਵਾਲੀਆਂ ਕਿਤਾਬਾਂ। ਪੁਲਿਸ 'ਚ ਭਰਤੀ ਕਿਵੇਂ ਹੋਣਾ ਉਹਦੀ ਟ੍ਰੇਨਿੰਗ ਦੀ ਕਿਤਾਬ ਹੈ, ਹੋਰ ਭਰਤੀਆਂ ਕਿਵੇਂ ਹੋਣੀਆਂ ਨੇ ਉਹ ਭਰਤੀ ਉਹਦੀ ਕਿਤਾਬ ਹੈ। ਸੋ ਮੈਨੂੰ ਦੱਸਿਆ ਕਿ ਪੰਚਾਇਤ ਕੋਲ ਜ਼ਮੀਨ ਹੈ, ਤਾਂ ਅਸੀਂ ਫਿਰ ਉਸ ਲਾਇਬ੍ਰੇਰੀ ਨੂੰ ਅਸੀਂ UPSC ਸੈਂਟਰ ਦਾ ਜਿਹੜਾ ਅਸੀਂ ਖੋਲ੍ਹਣੇ ਨੇ ਟ੍ਰੇਨਿੰਗ ਸੈਂਟਰ UPSC ਦੇ IAS IPS ਵਾਸਤੇ, ਉਹਦਾ ਰੂਪ ਵੀ ਦੇ ਸਕਦੇ ਹਾਂ। ਮੈਂ ਕਮੇਟੀ ਨੂੰ ਇਹ ਬੇਨਤੀ ਕੀਤੀ ਹੈ, ਤੁਸੀਂ 5-7 ਜਾਣੇ ਤੁਸੀਂ ਮੇਰੇ ਕੋਲ ਚੰਡੀਗੜ੍ਹ ਆ ਜਾਓ, ਆਪਾਂ ਅਫਸਰ ਬੁਲਾ ਲਾਂਗੇ ਨਾਲ ਹੀ, ਅਤੇ ਉੱਥੇ ਆਪਾਂ ਫੈਸਲਾ ਕਰ ਦਾਂਗੇ ਕਿ ਇਸ ਪਿੰਡ ਵਾਸਤੇ ਕੀ ਆਪਾਂ ਹੋਰ ਕਰਨਾ। ਜਿਵੇਂ ਤੁਸੀਂ ਕਿਹਾ ਕਿ ਨਮੂਨੇ ਦਾ ਪਿੰਡ ਬਣਨਾ ਚਾਹੀਦਾ, ਲੋਕ ਦੇਖਣ ਆਉਣ ਕਿ ਇੱਕ ਕੁਰਬਾਨੀ ਨੇ ਕਿੰਨੇ ਲੋਕਾਂ ਦੀ ਜ਼ਿੰਦਗੀ, ਕਰੋੜਾਂ ਲੋਕਾਂ ਨੂੰ ਤਾਂ ਆਜ਼ਾਦੀ ਮਿਲੀ ਹੋ ਮਿਲੀ ਹੈ, ਖਾਸ ਤੌਰ 'ਤੇ ਇਸ ਪਿੰਡ ਨੂੰ ਉਸ ਕੁਰਬਾਨੀ ਨੇ ਕੀ ਦਿੱਤਾ। ਸੋ ਹਰ ਇੱਕ ਜਿਹੜਾ ਨਮੂਨੇ ਦਾ ਪਿੰਡ ਜਿਹੜਾ ਉਹ ਬਣਨਾ ਚਾਹੀਦਾ। ਸੋ ਅਸੀਂ ਮੈਂ ਤਾਂ ਜਦੋਂ ਸਹੁੰ ਚੁੱਕਣੀ ਸੀ ਮੁੱਖ ਮੰਤਰੀ ਤੌਰ 'ਤੇ, ਜਦੋਂ ਤੁਸੀਂ ਸਾਰੇ ਪੰਜਾਬ ਨੇ ਇੰਨਾ ਵੱਡਾ ਫਤਵਾ ਦਿੱਤਾ 92 ਸੀਟਾਂ ਦਾ, ਤਾਂ ਆਮ ਤੌਰ 'ਤੇ ਰਾਜ ਭਵਨ 'ਚ ਜਾਂ ਕੋਈ ਕ੍ਰਿਕਟ ਸਟੇਡੀਅਮ 'ਚ ਸਹੁੰ ਚੁੱਕ ਸਮਾਗਮ ਰੱਖ ਲੈਂਦੇ ਆ। ਅਸੀਂ ਕਿਹਾ ਵੀ ਨਹੀਂ, ਅਸੀਂ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾ ਕੇ ਰੈਲੀ ਸ਼ੁਰੂ ਕਰਦੇ ਸੀ, ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾ ਕੇ।
ਖਤਮ ਕਰਦੇ ਸੀ ਅਤੇ ਭਗਤ ਸਿੰਘ ਹੋਰਾਂ ਦੇ ਇਨਕਲਾਬ ਦਾ ਨਾਰਾ ਸੀ। ਅਸੀਂ ਖਟਖੜ ਕਲਾਂ ਸਹੁੰ ਚੁੱਕ ਸਮਾਗਮ ਰੱਖਿਆ ਕਿ ਉੱਥੇ ਸ਼ਹੀਦਾਂ ਦੇ ਕੋਲੇ ਜਾ ਕੇ ਸਹੁੰ ਖਾਵਾਂਗੇ ਕਿ ਤੁਹਾਡੀ ਕੁਰਬਾਨੀ ਨੂੰ ਅਜਾਈ ਨਹੀਂ ਜਾਣ ਦੇਵਾਂਗੇ, ਤੁਹਾਡੇ ਬਲੀਦਾਨ ਨੂੰ ਯਾਦ ਰੱਖਾਂਗੇ। ਇਕੱਲਾ 23 ਮਾਰਚ, 28 ਸਤੰਬਰ ਜਾਂ 16 ਨਵੰਬਰ ਨਾ ਦਿਨ ਰੱਖਿਆ ਕਰੋ, ਹਰ ਰੋਜ਼ ਹੀ ਆਪਣੇ ਦਿਲ 'ਚ ਰਹਿਣੇ ਚਾਹੀਦੇ ਸ਼ਹੀਦ ਸਾਡੇ। ਸੋ ਇਸ ਕਰਕੇ ਫੁੱਟਬਾਲ ਦਾ ਮੈਚ ਰੁਕਿਆ ਹੋਇਆ, ਮੈਂ ਜ਼ਿਆਦਾ ਦੇਰ ਨਹੀਂ ਲਊਂਗਾ ਕਿਉਂਕਿ ਪਲੇਅਰ ਸਰੀਰ ਉਹਨਾਂ ਦਾ ਗਰਮ ਹੈ। ਹੁਣ ਜੇ ਜ਼ਿਆਦਾ ਲੰਬਾ ਟਾਈਮ ਰੈਸਟ ਹੋ ਜੂਗੀ ਤਾਂ ਫਿਰ ਮੈਚ ਜਿਹੜਾ ਸਲੋ ਹੋ ਜੂਗਾ। ਸੋ ਖੇਡਾਂ ਵਾਸਤੇ, ਖੇਡਾਂ ਮਤਲਬ ਪੰਜਾਬ ਦੀਆਂ ਸ਼ੁਰੂ ਕੀਤੀਆਂ ਹੋਈਆਂ ਨੇ। ਪੁਲਿਸ ਵਾਸਤੇ ਭਰਤੀ ਹਰੇਕ ਸਾਲ ਹੋ ਰਹੀ ਹੈ। ਆਪਣੇ ਸਰੀਰ ਬਣਾਓ, ਪੜ੍ਹੋ, ਨੰਬਰ ਆਉਣਗੇ ਤਾਂ ਇਹ ਨਹੀਂ ਦੇਖਿਆ ਜਾਊਗਾ ਕਿ ਤੁਹਾਡੇ ਬਾਪੂ ਕੋਲ 50 ਲੱਖ ਹੈਗਾ ਜਾਂ ਨਾ, ਜਾਂ ਤੁਹਾਡਾ ਬਾਪੂ ਕਿਸੇ MLA ਜਾਂ ਮੰਤਰੀ ਨੂੰ ਜਾਣਦਾ ਨਾ। ਨੰਬਰ ਤੁਹਾਡੇ ਬੋਲਣਗੇ ਤਾਂ ਤੁਹਾਨੂੰ ਸਰਕਾਰ ਕੁੰਡਾ ਖੜਕਾ ਕੇ ਲੈ ਕੇ ਜਾਊਗੀ, ਆ ਜਾ ਵੀ ਤੈਨੂੰ ਨੌਕਰੀ ਮਿਲਣੀ ਹੈ, ਆ ਜਾ ਚੰਡੀਗੜ੍ਹ ਆ ਜਾ। ਔਰ ਮੈਰਿਟ 'ਤੇ ਨੌਕਰੀਆਂ ਮਿਲਣਗੀਆਂ, ਕੋਈ ਸਿਫਾਰਿਸ਼ ਨਹੀਂ, ਕੋਈ ਨਕਲ ਨਹੀਂ, ਕੋਈ ਪੇਪਰ ਲੀਕ ਨਹੀਂ। ਇਹ ਪੇਪਰ ਲੀਕ ਵੀ ਆਪ ਹੀ ਕਰਾਉਂਦੇ ਆ, ਆਪ ਹੀ ਵੇਚ ਦਿੰਦੇ ਪੇਪਰ। ਸੋ ਇਸ ਕਰਕੇ ਜਿਹੜੇ ਟੈਲੈਂਟਡ ਬੱਚੇ ਆ ਉਹਨਾਂ ਨੂੰ ਮੌਕਾ ਨਹੀਂ ਮਿਲਦਾ, ਫਿਰ ਉਹ ਦਿਲ ਛੱਡ ਜਾਂਦੇ ਨੇ ਯਾਰ, ਕੀ ਆ ਯਾਰ ਪੜ੍ਹਦੇ ਰਹੇ ਅੱਖਾਂ ਗਲ ਲੀਆਂ, ਫਲਾਨਿਆਂ ਦਾ ਮੁੰਡਾ ਉਹਨੂੰ ਨਕਲ ਕਰਾ ਕੇ, ਉਹਨੂੰ ਕੋਈ MLA ਜਾਣਦਾ ਸੀ ਉੱਥੇ ਨਕਲ ਕਰਾ ਕੇ ਉਹਦੇ ਵੱਧ ਨੰਬਰ ਆ ਗਏ, ਇਹ ਨਹੀਂ ਚੱਲੂਗਾ। ਲੋਕਾਂ ਦੇ ਧੀਆਂ ਪੁੱਤਾਂ ਨੌਕਰੀ ਮਿਲ ਰਹੀ, ਕੋਈ ਪਟਵਾਰੀ ਬਣ ਰਿਹਾ, ਕੋਈ ਸਬ ਇੰਸਪੈਕਟਰ ਲੱਗ ਰਿਹਾ। ਹੁਣੇ ਹੁਣੇ ਤੁਸੀਂ ਦੇਖਿਆ ਹੋਣਾ 5-6 ਪਿੰਡਾਂ ਦੀਆਂ ਕੁੜੀਆਂ ਜੱਜ ਬਣੀਆਂ ਨੇ, ਔਰ ਘਰਦਿਆਂ ਨੂੰ ਯਕੀਨ ਨਹੀਂ ਆ ਰਿਹਾ ਕਿ ਬਿਨਾਂ ਪੈਸਿਆਂ ਤੋਂ ਹੋ ਗਿਆ ਕੰਮ, ਇਹ ਬਿਨਾਂ ਸਿਫਾਰਿਸ਼ ਤੋਂ ਹੋ ਗਿਆ। ਆਹੀ ਇਹਨਾਂ ਸ਼ਹੀਦਾਂ ਨੇ ਦੇ ਸੋਚਿਆ ਸੀ ਕਿ ਲੋਕ ਆਪ ਫੈਸਲਾ ਲੈਣ, ਕੰਮ ਦੀ ਕਦਰ ਪਵੇ, ਕਿਉਂਕਿ ਅੰਗਰੇਜ਼ ਤਾਂ ਰੱਖਦੇ ਨਹੀਂ ਸੀ ਆਪਾਂ ਨੂੰ ਵੱਡੇ ਅਹੁਦਿਆਂ 'ਤੇ, ਉਹਦਾ ਥੱਲੇ ਹੀ ਰੱਖਦੇ ਸੀਗੇ, ਅਤੇ ਫਿਰ ਆਪਾਂ ਉੱਥੇ ਰਹਿ ਗਏ। ਇਸੇ ਕਰਕੇ UPSC ਸੈਂਟਰ ਖੋਲ੍ਹਣ ਦਾ ਅਸੀਂ ਫੈਸਲਾ ਕੀਤਾ, ਫ੍ਰੀ ਦੇ ਵਿੱਚ ਪੜ੍ਹਾਈ ਹੋਊਗੀ, ਟ੍ਰੇਨਿੰਗ ਹੋਊਗੀ, DC ਬਣੋ, SSP ਬਣੋ, ਵੱਡੇ ਅਹੁਦਿਆਂ 'ਤੇ ਆਓ, ਪੰਜਾਬ ਨੂੰ ਬਦਲਣ ਵਾਸਤੇ ਤੁਹਾਡੇ ਪੈਨ ਦੇ ਵਿੱਚ ਤਾਕਤ ਹੋਵੇ ਕਿ ਤੁਸੀਂ ਕਿਸੇ ਦੀ ਜ਼ਿੰਦਗੀ 'ਚ ਬਦਲ ਸਕਦੇ ਹੋ, ਕਿਸੇ ਦੇ ਚੁੱਲ੍ਹੇ ਦੀ ਅੱਗ ਬਚਾ ਸਕਦੇ ਹੋ, ਕਿਸੇ ਦੀ ਕਬੀਲਦਾਰੀ ਲੀਹ 'ਤੇ ਲਿਆ ਸਕਦੇ ਹੋ।